ਵਾਰ ਮੇਰੀ ਸ਼ਾਂਤੀ ਦੇ ਨਾਲ ਗੱਲ ਕਰਾ ਦੋ। ਉਹ ਜੇ ਮੈਨੂੰ ਆਪਣੇ ਮੂੰਹ ਕਹਿ ਦੇਣਗੇ ਨਾ, ਮੈਂ ਆਪੇ ਉਹਨਾਂ ਦੀ ਗੱਲ ਮੰਨ ਲਾਂਗੀ। ਮੰਮੀ, ਤੁਸੀਂ ਇਸ਼ਾਨ ਦੇ ਫੋਨ ਦੇ ਨਾਲ? ਨਾ ਮਾਂ, ਸ਼ਿਵਿਕਾ ਦਾ ਫੋਨ ਆਇਆ ਹੈ, ਉਹ ਇਸ਼ਾਨ ਦੇ ਨਾਲ ਗੱਲ ਕਰਵਾਉਣ ਲਈ ਕਹਿ ਰਹੀ ਹੈ। ਪਰ ਮੈਂ ਤੈਨੂੰ ਕਹਿਤਾ ਕਿ ਉਹਨੇ ਕੋਈ ਗੱਲ ਨਹੀਂ ਕਰਨੀ ਤੇਰੇ ਨਾਲ, ਪਰ ਉਹਦੇ ਮੂੰਹ ਸੁਣਨਾ ਚਾਹੁੰਦੀ ਹੈ। ਤੂੰ ਇਸ਼ਾਨ ਦੇ ਮੂੰਹ ਸੁਣਨਾ ਚਾਹੁੰਦੀ ਹੈ ਨਾ? ਹਾਂ, ਕਿਉਂਕਿ ਹੁਣ ਮੈਨੂੰ ਕਿਸੇ ਤੇ ਵੀ ਭਰੋਸਾ ਨਹੀਂ ਹੈ, ਖਾਸ ਕਰਕੇ ਸਭ ਦੀ ਅਸਲੀਅਤ ਦੇਖਣ ਤੋਂ ਬਾਅਦ। ਸੋ ਜਦ ਤੱਕ ਇਸ਼ਾਨ ਜੀ ਮੈਨੂੰ ਆਪ ਨਹੀਂ ਕਹਿ ਦਿੰਦੇ ਨਾ ਕਿ ਉਹ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ, ਤਦ ਤੱਕ ਮੈਂ ਉਹਨਾਂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਾਂਗੀ। ਠੀਕ ਹੈ, ਪਿਆ ਸੀ, ਕਿਸੇ ਬੈਂਕ ਤੋਂ ਲੋਨ ਲਈ ਫੋਨ ਹੈ। ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਸੁਣ ਲਿਆ ਇਸ਼ਾਨ ਨੇ ਕੀ ਕਿਹਾ? ਉਹ ਨਾ ਤਾਂ ਤੇਰੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਹੈ ਤੇ ਨਾ ਹੀ ਤੇਰੇ ਨਾਲ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹੈ। ਸੋਦੇ ਤੋਂ ਦੂਰ ਹੀ ਰਹੇ। ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।